सियाने सच ही कहिंदे ने कि हौसले अते जज्बे व्यक्ति दे बुलंद होने चाहिए ने, बंदा कुछ भी कर लैंदा है। असी गल कर रहे हां मानसा जिले दे कस्बा भीखी दे 80 सालां बजुर्ग बाबा करम सिंह जी दी, जिन्हां ने अपनी मेहनत अते काम नूं अज भी बरकरार रख्या होया है। करम सिंह जी भीखी दे बस स्टैंड दे नेड़े जोड़े अते जुत्तियां कढ के गुजारा बड़ी मुश्किल दे नाल चला रहे ने। जानकारी दिंदिआं करम सिंह जी ने दस्सिया कि मैं शुरू तो ही कदे दिहाड़ियां नहीं छड़ियां अते अपने परिवार चों बेटियां नूं ब्याह के अपना फर्ज पूरा कीता, पुत्रां नूं ब्याहिया, पर अज ओही पुत्र अते बेटियां उन्हां दी सार नहीं ले रहे। करम सिंह जी ने भरे मन नाल आख्या कि मैं अपना थोड़ा बहुता खुद आप ही मेहनत करके गुजारा कर रहा हाँ। आखिर विच उन्हां ने दानी सज्जणां नूं अपील कीती है, क्योंकि उन्हां दी धर्म पत्नी जिन्हां दे सट लगन कारण उह कुछ कर नहीं सकदे, कम करन दे विच उन्हां नूं बहुत ज़्यादा दिक्कत आ रही है। ਜੀ ਜੁੱਤੀਆਂ ਦਾ ਕੰਮ ਕਰਦੇ ਹਾਂ, ਪੁਰਾਣੀਆਂ ਦਾ ਕੰਮ ਕਰਕੇ ਖਾਂਦੇ ਹਾਂ, ਦੋਹੇ ਜੀਆਂ ਉੱਥੇ ਜੁੱਤੀਆਂ ਦਾ ਕੰਮ ਕਰਕੇ ਜਿਹੋ ਜਿਹਾ ਗੁਜ਼ਾਰਾ ਕਰਦੇ ਹਾਂ। ਪਰਿਵਾਰ 'ਚ ਕੌਣ ਕੌਣ ਹੈ? ਹੁਣ ਤਾਂ ਇਸ ਵਕਤ ਅਸੀਂ ਦੋਹੇ ਹਾਂ, ਉਹਦਾ 6-7 ਸਾਲ ਹੋ ਗਏ ਛੱਡ ਕੇ। ਕੌਣ ਸੀਗਾ ਪਰਿਵਾਰ 'ਚ ਪਹਿਲਾਂ? ਪਹਿਲਾਂ ਮੁੰਡਾ ਵੀ ਤੇ ਨੂੰਹ ਵੀ ਤੇ ਪੋਤਾ ਵੀ ਤੇ। ਹੁਣ ਇਕੱਲੇ ਰਹਿੰਦੇ ਹੋ, ਹੌਸਲਾ ਨਹੀਂ ਟੁੱਟਦਾ? ਕਦੇ ਦੋ ਹੀ ਰਹਿ ਗਏ ਬਸ, ਹੁਣ ਇਕੱਲੇ ਰਹਿੰਦੇ ਹੋ, ਹੌਸਲਾ ਨਹੀਂ ਟੁੱਟਦਾ? ਹੌਸਲਾ ਤੋੜ ਕੇ ਫਿਰ ਕਰੀਏ ਵੀ ਡੱਕਾ ਬਣੀ, ਫਿਰ ਹੁੰਦਾ ਹੀ ਨਹੀਂ ਕੋਈ, ਫਿਰ ਇਹ ਵੀ ਕੰਮ ਜਾਊ ਜੇ ਹੌਸਲਾ ਨਹੀਂ ਸਿੱਟਦਾ। ਉਹਨਾਂ ਲੋਕਾਂ ਨੂੰ ਕੀ ਕਹੋਗੇ ਜਿਹੜੇ ਮਿਹਨਤ ਕਰਕੇ ਰਾਜੀ ਨਹੀਂ? ਤੁਸੀਂ 80 ਸਾਲ ਦੀ ਉਮਰ 'ਚ ਮਿਹਨਤ ਕਰ ਰਹੇ, ਕਹਾਂਗੇ ਤਾਂ ਜੇ ਹੱਕ ਹੈ ਕਹਿ ਦਿਆਂਗੇ ਵੀ ਭਾਈ ਮਿਹਨਤ ਕਰਕੇ ਖਾਓ, ਹੱਕ ਹੈ ਜਦੋਂ ਅਸੀਂ ਕਰਦੇ ਹਾਂ 80 ਸਾਲ ਦੇ, ਤੁਸੀਂ ਵੀ ਮਿਹਨਤ ਕਿਉਂ ਨਹੀਂ ਕਰਦੇ? ਮਿਹਨਤ ਕਰੋ, ਮਿਹਨਤ ਕਰਕੇ ਖਾਓ, ਸਭ ਕੁਝ ਮਿਲੂ ਮਿਹਨਤ ਨਾਲ। ਹਲਾਤ ਬਾਬਾ ਹੁਣ ਭੁੱਖਾ ਮਾਰਦਾ, ਹੁਣ ਉਹਦਾ ਢਿੱਡ ਦਾ ਗੁਜ਼ਾਰਾ ਤਾਂ ਕਰਨਾ ਹੀ ਹੈ, ਕਰਕੇ ਖਾ ਰਿਹਾ। ਕੋਈ ਦੇ ਜਾਂਦਾ ਉਹ ਵੀ ਚੰਗਾ, ਨਹੀਂ ਦਿੰਦਾ ਕੋਈ ਉਹ ਵੀ ਚੰਗਾ। ਜੇ ਕਿਸੇ ਦੇ ਆਉਂਦੀ ਹੈ ਦਇਆ ਤਾਂ ਦੇ ਜਾਂਦੇ ਨੇ ਵਿਚਾਰੇ ਨੂੰ, ਨਹੀਂ ਆਪਦਾ ਕਰਕੇ ਖਾਂਦਾ। ਜੇ ਚਲੋ ਮਦਦ ਕਰ ਸਕਦਾ ਕੋਈ ਕਰ ਸਕਦਾ, ਜਿੰਨੀ ਕੁ ਵੀ ਹੋ ਸਕਦੀ ਹੈ ਕੋਈ, ਇਹਦੀ ਥੋੜ੍ਹੀ ਤਾਂ ਥੋੜ੍ਹੀ ਮਦਦ ਕਰ ਸਕਦੀ ਨਹੀਂ, ਇਹਦੀ ਕਰਨ ਇਹਦੀ ਮਦਦ ਵੀ ਇਹਨੂੰ ਜਦੋਂ ਕੋਈ ਹੀ ਨਹੀਂ ਇਹਨੂੰ ਕਮਾਈ ਵਾਲਾ। ਕੋਈ ਕੁੜੀਆਂ ਵਿਆਹਤੀ ਆਪਦੇ ਘਰੇ ਗਈਆਂ, ਪੁੱਤ ਵਿਆਹ ਤਾਂ ਅੱਡ ਹੋ ਗਿਆ, ਹੁਣ ਇਹਨਾਂ ਨੂੰ ਕੋਈ ਸਹਾਰਾ ਨਹੀਂ ਹੈਗਾ ਵੀ ਇਹਨਾਂ ਨੂੰ ਐਂ ਵੀ ਚੱਲ ਇਹਦਾ ਤਾਂ ਕੋਈ ਗੁਜ਼ਾਰਾ ਹੋਈ ਜਾਵੇ ਇਹਨਾਂ ਦੀ ਮਦਦ। ਅਸੀਂ ਅਪੀਲ ਤਾਂ ਬਸ ਆਹੀ ਹੈ ਸਾਡੀ ਤਾਂ ਵੀ ਇਹਨਾਂ ਦੇ ਮਦਦ ਕਰਨੀ, ਥੋੜ੍ਹੀ ਤੋਂ ਥੋੜ੍ਹੀ ਜਿੰਨੀ ਕੁ ਵੀ ਹੁੰਦੀ ਹੈ ਉਨੀ ਕੁ ਮਦਦ ਕਰਨੀ ਹੈ।